ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਦਿੱਤੀ ਗਈ ਬੈੱਲ ਆਈਕਨ 'ਤੇ ਪ੍ਰੈਸ ਕਰੋ ਜੀ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ। ਇਨਫੋਰਮੇਸ਼ਨਸ ਇਨ ਪੰਜਾਬੀ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਕਿ ਆਪਾਂ ਆਪਣੇ ਬਿਜਲੀ ਦਾ ਬਿੱਲ ਆਪਣੇ ਮੋਬਾਈਲ ਦੇ ਉੱਪਰ ਕਿਸ ਤਰ੍ਹਾਂ ਦੇਖ ਸਕਦੇ ਹਾਂ। ਤਾਂ ਉਸ ਦੇ ਲਈ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੀ ਡਿਟੇਲ ਦੇਵਾਂਗੇ। ਉਸ ਤੋਂ ਪਹਿਲਾਂ ਦੋਸਤੋ ਇੱਕ ਬੇਨਤੀ ਹੈ, ਜੇਕਰ ਤੁਸੀਂ ਆਪਣੇ ਚੈਨਲ 'ਤੇ ਨਵੇਂ ਆਏ ਹੋ ਜਾਂ ਆਪਣੇ ਚੈਨਲ ਨੂੰ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ, ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ। ਚਲੋ ਹੁਣ ਚੱਲਦੇ ਹਾਂ ਵੀਡੀਓ ਦੇ ਵੱਲ। ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਦੇ ਉੱਪਰ ਕੋਈ ਵੀ ਬਰਾਊਜ਼ਰ ਓਪਨ ਕਰ ਲੈਣਾ। ਤਾਂ ਗੂਗਲ ਦੇ ਉੱਪਰ ਸਰਚ ਕਰ ਲੈਣਾ PSPCL। ਉਸ ਤੋਂ ਬਾਅਦ ਜੇ ਤੁਹਾਡੀ ਸਕਰੀਨ ਦੇ ਉੱਪਰ ਵੀ ਇਸ ਤਰ੍ਹਾਂ ਐਪ ਖੁੱਲ੍ਹ ਗਈ ਹੈ, ਤਾਂ ਤੁਸੀਂ ਇਸ ਨੂੰ 3 ਡੋਟ ਦੇ ਉੱਪਰ ਕਲਿੱਕ ਕਰਿਓ ਅਤੇ ਡੈਸਕਟੋਪ ਸਾਈਟ 'ਤੇ ਕਲਿੱਕ ਕਰਿਓ। ਹੁਣ ਉਸ ਤੋਂ ਬਾਅਦ ਤੁਸੀਂ ਆਪ www.pspcl.in ਇਸ ਵੈਬਸਾਈਟ ਦੇ ਉੱਪਰ ਕਲਿੱਕ ਕਰਿਓ। ਕਲਿੱਕ ਕਰਨ ਤੋਂ ਬਾਅਦ ਤੁਸੀਂ ਆ ਇੰਸਟਾ ਬਿੱਲ ਪੇਮੈਂਟ ਦੇ ਉੱਪਰ ਕਲਿੱਕ ਕਰਨਾ। ਇੰਸਟਾ ਬਿੱਲ ਪੇਮੈਂਟ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਥੋੜ੍ਹਾ ਜਿਹਾ ਨੀਚੇ ਨੂੰ ਜਾਣਾ, ਤਾਂ ਤੁਸੀਂ ਦੇਖਣਾ 6 ਨੰਬਰ 'ਤੇ ਨੋਜ਼ ਯੂਅਰ ਬਿੱਲ ਹਿਸਟਰੀ, ਇਸ ਉੱਪਰ ਕਲਿੱਕ ਕਰਨਾ। ਤਾਂ ਤੁਹਾਡੇ ਸਾਹਮਣੇ ਜੋ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਐਂਟਰ ਅਕਾਊਂਟ ਨੰਬਰ, ਇੱਥੇ ਤੁਸੀਂ ਆਪਣੇ ਬਿੱਲ ਦਾ ਅਕਾਊਂਟ ਨੰਬਰ ਭਰ ਦੇਣਾ। ਤਾਂ ਮੈਂ ਆਪਣੇ ਬਿੱਲ ਦਾ ਅਕਾਊਂਟ ਨੰਬਰ ਭਰ ਕੇ ਤੁਹਾਨੂੰ ਦਿਖਾ ਰਿਹਾ ਹਾਂ। ਤਾਂ ਉਸ ਤੋਂ ਬਾਅਦ ਤੁਸੀਂ ਕਰ ਦੇਣਾ ਸ਼ੋ ਬਿੱਲ ਹਿਸਟਰੀ ਦੇ ਉੱਪਰ ਕਲਿੱਕ। ਤਾਂ ਤੁਹਾਡੇ ਸਾਹਮਣੇ ਬਿੱਲ ਦੀ ਹਿਸਟਰੀ ਆ ਗਈ ਹੈ। ਜਿਹੜਾ ਮੈਨੂੰ ਹੈ ਲਾਸਟ ਬਿੱਲ ਇਸ਼ੂ ਹੋਇਆ ਉਹ 13 ਦਸੰਬਰ ਨੂੰ ਹੋਇਆ। ਤਾਂ ਜੇ ਤੁਸੀਂ ਬਿੱਲ ਨੂੰ ਦੇਖਣਾ ਚਾਹੋ ਤਾਂ ਵਿਊ ਬਿੱਲ ਦੇ ਨੀਚੇ ਜੋ ਛੋਟੀ ਜਿਹੀ ਆਈਕਨ ਦਿੱਤੀ ਹੋਈ ਹੈ ਇਸ ਉੱਪਰ ਕਲਿੱਕ ਕਰਿਓ। ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਿੱਲ ਨੂੰ। ਅਗਰ ਪ੍ਰਿੰਟ ਕਰਨਾ ਚਾਹੋ ਤਾਂ ਪ੍ਰਿੰਟ ਬਿੱਲ ਉੱਪਰ ਕਲਿੱਕ ਕਰਕੇ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ PDF ਉੱਪਰ ਕਲਿੱਕ ਕਰਕੇ ਡਾਊਨਲੋਡ ਹੋ ਜਾਵੇਗਾ। ਤਾਂ ਡਾਊਨਲੋਡ ਹੋ ਚੁੱਕਿਆ ਹੈ। ਸੋ ਦੋਸਤੋ, ਇਹ ਸੀ ਅੱਜ ਦੀ ਵੀਡੀਓ। ਵੀਡੀਓ ਕਿੱਦਾਂ ਦੀ ਲੱਗੀ ਇਹ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਆਪਣੀ ਵੀਡੀਓ ਨੂੰ ਲਾਈਕ ਕਰਨਾ ਅਤੇ ਹੋਰਾਂ ਨਾਲ ਵੀ ਸ਼ੇਅਰ ਕਰਨਾ। ਸੋ ਲਾਸਟ 'ਤੇ ਫਿਰ ਇੱਕ ਬੇਨਤੀ ਹੈ ਦੋਸਤੋ, ਜੇਕਰ ਤੁਸੀਂ ਆਪਣਾ ਚੈਨਲ ਨੂੰ ਹਾਲੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ, ਅਤੇ ਨਾਲ ਹੀ ਨਾਲ ਨੋਟੀਫਿਕੇਸ਼ਨ ਬੈਲ ਨੂੰ ਪ੍ਰੈਸ ਕਰਨਾ, ਤਾਂ ਜੋ ਅਸੀਂ ਜਦੋਂ ਵੀ ਕੋਈ ਵੀਡੀਓ ਨਵੀਂ ਪਾਈਏ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਸਕੇ। ਧੰਨਵਾਦ ਜੀ। ਸੋ ਦੋਸਤੋ, ਆਪਣੀ ਇੱਕ ਪਹਿਲਾਂ ਵੀਡੀਓ ਆ ਚੁੱਕੀ ਹੈ, ਉਸ ਦੇ ਵਿੱਚ ਆਪਾਂ ਦੱਸਿਆ ਸੀ ਕਿ ਬਿਜਲੀ ਦਾ ਬਿੱਲ ਆਪਾਂ ਕਿਸ ਤਰ੍ਹਾਂ ਭਰ ਸਕਦੇ ਹਾਂ। ਤਾਂ ਉਸ ਵੀਡੀਓ ਦਾ ਮੈਂ ਲਿੰਕ ਜੋ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤੁਸੀਂ ਉਸ ਦੇ ਲਿੰਕ ਉੱਪਰ ਕਲਿੱਕ ਕਰਕੇ ਵੀਡੀਓ ਨੂੰ ਦੇਖ ਸਕਦੇ ਹੋ। ਧੰਨਵਾਦ ਜੀ।